ਸਲਾਮ ਦੇ ਭਾਈ ਤੀਸਰੀ ਵਾਰੀ ਆਪਣੇ ਛੋਟੇ ਵੀਰ ਬਿਨਿਆਮੀਨ ਨੂੰ ਨਾਲ ਲੈ ਕੇ ਮਿਸਰ ਸ਼ਹਿਰ ਵਿੱਚ ਜਾਂਦੇ ਨੇ ਤੇ ਜਾ ਕੇ ਜਨਾਬ ਹਜ਼ਰਤ ਯੂਸਫ ਅਲੈਹਿਸ ਸਲਾਮ ਦੀ ਐਸੇ ਤਰ੍ਹਾਂ ਕਚਹਿਰੀ ਲੱਗੀ ਜੀ ਕਿ ਅੱਜ ਅਸੀਂ ਬੈਠੇ ਹਾਂ ਤੇ ਭਰਾਵਾਂ ਨੂੰ ਮੁਹਾਤਮ ਕਰਕੇ ਜਨਾਬ ਹਜ਼ਰਤ ਯੂਸਫ ਅਲੈਹਿਸ ਸਲਾਮ ਫਰਮਾਉਂਦੇ ਨੇ ਬਈ ਮੈਂ ਸੁਣਿਆ ਤੁਸੀਂ ਆਪਣੇ ਵੀਰ ਯੂਸਫ ਨਾਲ ਇਹ ਕੰਮ ਕੀਤਾ ਸੀ ਜੰਗਲ ਵਿੱਚ ਜਾ ਕੇ ਉਹਨਾਂ ਸੋਚਿਆ ਕਿ 40 ਸਾਲ ਗੁਜ਼ਰ ਗਏ ਨੇ ਕੌਣ ਸਾਨੂੰ ਤੱਕਦਾ ਸੀ ਆਂਦੇ ਨੇ ਜਨਾਬ ਅਸੀਂ ਇਹ ਕੰਮ ਨਹੀਂ ਕੀਤਾ ਅਸੀਂ ਨਬੀ ਦੀ ਔਲਾਦ ਸਾਡਾ ਇਹ ਸੇਵਾ ਨਹੀਂ ਜਿਸ ਵੇਲੇ ਇੰਨੀ ਗੱਲ ਕੀਤੀ ਤੇ ਜਨਾਬ ਹਜ਼ਰਤ ਯੂਸਫ ਅਲੈਹਿਸ ਸਲਾਮ ਹੋਰਾਂ ਨੇ ਉਹ ਬੈਨਾਮੇ ਵਾਲਾ ਕਾਗਜ਼ ਕੱਢ ਕੇ ਸਾਹਮਣੇ ਕੀਤਾ ਜਿਸ ਤਰ੍ਹਾਂ ਗੁਨਾਹਗਾਰਾਂ ਦੇ ਸਾਹਮਣੇ ਦਿਨ ਮਾਸ਼ਰ ਦੇ ਕਾਗਜ਼ ਆਉਣੇ ਨੇ ਸਾਹਮਣੇ ਤੇ ਫਿਰ ਜਿਸ ਵੇਲੇ ਆਪਣੇ ਸਹਿਨ ਹੋਏ ਤੱਕੇ ਆਪਣੇ ਗੁਨਾਹ ਹੋਏ ਤੱਕੇ ਤੇ ਫਿਰ ਉਹ ਮੰਨਣਾ ਪਿਆ ਫਿਰ ਭਰਾ ਕੀ ਕਰਦੇ ਨੇ ਗੈਮ ਸਾਹਿਬ ਲਿਖਦੇ ਇੱਥੇ ਵਾਹਵਾ ਨਾਲੇ ਡੋਲ ਦੇ ਮੈਂ ਨਾਲੇ ਬੋਲਦੇ ਨੇ ਤੇ ਸ਼ਾਹ ਮਿਸਰ ਦੀਆ ਸਾਨੂੰ ਸਾਰ ਨਹੀਂ ਆ ਫਰਮਾਉਂਦੇ ਨੇ ਇਹ ਕਾਗਜ਼ ਕਿਨੇ ਲਿਖਿਆ ਫਿਰ ਕੀ ਇਹ ਹਮਰੇ ਓ ਕਿਆ ਕਾਗਜ਼ ਅਤੇ ਕਿਸ ਲਿਖਿਆ ਤੇ ਅਸੀਂ ਇਸ ਸੰਦੇ ਵੀ ਵਾਕਫ ਕਰ ਨਹੀਂ ਸਾਡਾ ਛੋਟਾ ਵੀਰ ਸੀ ਇਹ ਹੋ ਨਹੀਂ ਸਕਦਾ ਕਿ ਅਥੀਂ ਆਪਣੇ ਵੀਰ ਨੂੰ ਆਵੇ ਦੇਂਦੇ ਤੇ ਅਸੀਂ ਇਤਨੇ ਵੀ ਸਖਤ ਗਵਾਰ ਨਾਈ ਕੱਖ ਇਸ ਦੇ ਸਾਨੂੰ ਇਤਬਾਰ ਨਹੀਂ ਕਿਉਂਕਿ ਸਾਦਕ ਨਬੀ ਦੀਆਂ ਆ ਸਾਰੇ ਤੇ ਦਗੇ ਬਾਦ ਮਾਰ ਮਕਾਰ ਨਹੀਂ ਤੇ ਮੁੜ ਮੁੜ ਆ ਪੇਸ਼ ਕਰਕੇ ਕਾਗਜ਼ ਵਾਸਤਾਈ ਤੇ ਸਾਨੂੰ ਕਰ ਇਤਲਾ ਸ਼ਰਮਸਾਰ ਨਹੀਂ ਕਿਉਂਕਿ ਯੂਸਫ ਨੂਰ ਆ ਸਾਡੀਆਂ ਅੱਖੀਆਂ ਦਾ ਸਾਨੂੰ ਭੁੱਲਦਾ ਘੜੀ ਦਿਲਦਾਰ ਨਹੀਂ ਉਹਦੇ ਨਾਲ ਸੀ ਅਸਾਂ ਦਾ ਵੈਰ ਕਿਹੜਾ ਸੋਹਣਾ ਵੀਰ ਕੋਈ ਵੈਰ ਅਗਿਆਰ ਨਹੀਂ ਜਨਾਬ ਹਜ਼ਰਤ ਯੂਸਫ ਅਲੈਹਿਸ ਸਲਾਮ ਉਹਨਾਂ ਨੂੰ ਗੁੱਸਾ ਆਇਆ ਇਸ ਗੱਲ ਦਾ ਪੈਗੰਬਰ ਦੀ ਔਲਾਦ ਹੋ ਕੇ ਝੂਠ ਮਾਰਦੇ ਆ ਫਰਮਾਉਂਦੇ ਨੇ ਯੂਸਫ ਆਖਿਆ ਚੁੰਡਣਾ ਔਰ ਛੁੱਟਣੀ
जद लग दसोगे सच नतर नहीं ते आवे आ सामने अमल दा जदू शीशा दे देंदी फायदा फिर कख इनकार फरमाते ने दस खत तू साडे अते मोरा कोई होर दा लिखणार नहीं बई खोटे दिरम लैके ओनू वेचियो जे आया डाडे ओ खौफ खुदा नहीं खोटे दिरम लैके ओनू वेचियो जे आया डाडे ओ खौफ खुदा नहीं। जिस वेले सारियां गल्लां सामने आ गईयां ते पैगंबर दी औलाद आप ही अफसर ने आप ही मुजरम ने आप ही हुक्म सुनाण वाले ने भरावां दी अखां नीवी हो गईयां ते मियां दा सब लिख दे वैन मोम कलबूत किने आनिया दे जी जी रही किसे नूं ताब ओ गफदार नाई ओ दाइम निकल बयाल थी चमक रही हुण ते रुक दी अमल तलवार लाई जनाब हज़रत यूसुफ अलैहिस्सलाम फरमांदे ने भाई साडे कोल इक प्याला है ओ झूठ ते सच दा सारा नतारा कर दिंदा है कोई किसे दी रैबती नहीं कोई किसे दी पार्टी बाजी नहीं करदा जे थोड़ी इजाजत हो तो तू पूछ ले किस तरह आख्या जनाब हज़रत यूसुफ अलैहिस्सलाम हज़रत यूसुफ अलैहिस्सलाम किया ओ मेरे कोल की अजब प्यालड़ा ए मासा शक नहीं ओ सच कूड संदा खोल दस दा सारा अवलड़ा ऐ किन्नियां नियों